ਜੇ ਇਹਨਾਂ ਦੋਨਾਂ ਪੰਕਤੀਆਂ ਨੂੰ ਧਿਆਨ ਨਾਲ ਵੇਖਿਆ ਜਾਏ ਤਾਂ ਜਿਸ ਕੇ ਸਿਰ ਉੱਪਰ, ਉੱਪਰ ਦਾ ਮਤਲਬ ਉੱਤੇ, ਤੂੰ ਸਵਾਮੀ, ਸਵਾਮੀ ਦਾ ਮਤਲਬ ਹੁੰਦਾ ਹੈ ਮਾਲਕ, ਸਿਰ ਦਾ ਮਤਲਬ ਹੈ ਸੋਚ, ਸਾਡਾ ਮਾਇੰਡ, ਸਾਡੇ ਵਿਚਾਰ। ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਹੇ ਮੇਰੇ ਗੁਰੂ ਨਾਨਕ, ਹੇ ਮੇਰੇ ਮਾਲਕ, ਹੇ ਮੇਰੇ ਸਵਾਮੀ ਅਕਾਲ ਪੁਰਖ ਵਾਹਿਗੁਰੂ, ਜਿਸ ਬੰਦੇ ਦੇ ਸਿਰ ਉੱਤੇ ਤੂੰ ਹੈ, ਜਿਸ ਬੰਦੇ ਦੀ ਸੋਚ ਵਿੱਚ ਤੂੰ ਹੈ, ਜਿਸ ਬੰਦੇ ਦਾ ਮਾਇੰਡ ਤੇਰੇ ਮੁਤਾਬਕ ਤੁਰਦਾ ਹੈ, ਜਿਸ ਬੰਦੇ ਦੀ ਸੋਚ ਤੇਰੇ ਮੁਤਾਬਕ ਹੈ। ਵੇਖੋ ਗੁਰਬਾਣੀ ਵਿੱਚ ਕਿਉਂ ਆਖਿਆ ਗਿਆ ਕਿ ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ ਹਰ ਵਕਤ ਉਹਨੂੰ ਯਾਦ ਕਰੋ? ਗੁਰਬਾਣੀ 'ਚ ਆਖਿਆ ਗਿਆ ਸਵਾਸ ਗ੍ਰਾਸ ਯਾਦ ਕਰੋ। ਗੁਰਬਾਣੀ 'ਚ ਆਖਿਆ ਗਿਆ ਜ਼ਿੰਦਗੀ ਵਿੱਚ ਕੋਈ ਵੀ ਕੰਮ ਕਰਦੇ ਹੋ ਉਹਨੂੰ ਯਾਦ ਕਰੋ। ਤਦ ਇਹ ਦਿਮਾਗ ਵਿੱਚ ਖਿਆਲ ਆਉਂਦਾ ਵੀ ਕਿਉਂ ਆਖਿਆ ਗਿਆ, ਕਿਉਂ? ਗੁਰਬਾਣੀ ਕਹਿੰਦੀ ਕੰਨਾਂ ਨਾਲ ਵਾਹਿਗੁਰੂ ਨੂੰ ਸੁਣੋ, ਅੱਖਾਂ ਦੇ ਨਾਲ ਉਹਨੂੰ ਵੇਖੋ, ਜ਼ੁਬਾਨ ਦੇ ਨਾਲ ਉਹਨੂੰ ਗਾਓ। ਆਨੰਦ ਸਾਹਿਬ ਨੂੰ ਪੜ੍ਹਦੇ ਹਾਂ, ਉਹਦੇ ਵਿੱਚ ਆਖਿਆ ਨਾ, ਨੇਤਰਾਂ ਦੀ ਗੱਲ ਆਈ, ਇਸ ਰੋਣੋ ਮੇਰਿਓ ਸੱਚ ਹੈ ਸੁਣਨੇ ਨੂੰ ਪਠਾਏ। ਕੰਨਾਂ ਦੀ ਗੱਲ ਹੈ ਕਿ ਤੁਹਾਨੂੰ ਸੁਣਨ ਵਾਸਤੇ ਨਾਲ ਭੇਜਿਆ, ਇਹ ਨੇਤਰੋ ਮੇਰਿਓ ਨੇਤਰਾਂ ਦੀ ਗੱਲ ਆਈ। ਹੱਥ ਮੈਂ ਜੋਤ ਧਰੀ ਹਰਵੇ ਨਾ ਅਵਰ ਨਾ ਦੇਖੋ ਕੋਈ, ਕਿ ਅੱਖਾਂ ਦੇ ਨਾਲ ਹੋਵੇ ਉਹਨੂੰ ਵੇਖਣਾ। ਜ਼ੁਬਾਨ ਦੀ ਗੱਲ ਆਉਂਦੀ ਹੈ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਜ਼ੁਬਾਨ ਦੀ ਗੱਲ ਆਉਂਦੀ ਹੈ। ਹੱਥਾਂ ਦੀ ਗੱਲ ਆਉਂਦੀ ਹੈ, ਪੈਰਾਂ ਦੀ ਗੱਲ ਆਉਂਦੀ ਹੈ। ਜਦੋਂ ਅਸੀਂ ਇਹ ਗੌਰ ਨਾਲ ਵੇਖਦੇ ਹਾਂ ਵੀ ਕੰਨਾਂ ਨਾਲ ਕਹਿ ਰਹੇ ਨੇ ਵੀ ਸੁਣੋ, ਅੱਖਾਂ ਦੇ ਨਾਲ ਕਹਿ ਰਹੇ ਨੇ ਵੇਖੋ, ਜ਼ੁਬਾਨ ਦੇ ਨਾਲ ਕਹਿ ਰਹੇ ਨੇ ਕਿ ਗਾਓ, ਹੁਣ ਕੰਨ ਸੁਣਦੇ ਨੇ ਕਿੱਥੇ ਜਾਂਦਾ ਹੈ ਦਿਮਾਗ 'ਚ, ਅੱਖਾਂ ਵੇਖਦੀਆਂ ਨੇ ਕਿੱਥੇ ਸਟੋਰ ਹੁੰਦਾ ਹੈ ਦਿਮਾਗ 'ਚ। ਮੰਨ ਲਓ ਜਿੱਦਾਂ ਅਸੀਂ ਪਿੰਨ ਡਰਾਈਵ ਲਾਉਂਦੇ ਹਾਂ ਨਾ ਕੰਪਿਊਟਰ ਦੇ ਨਾਲ, ਅਤੇ ਉਹਦੇ ਵਿੱਚ ਜੋ ਫਾਈਲਾਂ ਤਿਆਰ ਕੀਤੀਆਂ ਹੁੰਦੀਆਂ ਨੇ ਕਾਪੀ ਪੇਸਟ ਕਰਕੇ ਰੱਖ ਲੈਂਦੇ ਨਾ ਉਹਦੇ ਵਿੱਚ, ਵੀ ਜੋ ਉਹਦੇ ਵਿੱਚ ਹੈ ਉਹਦੇ 'ਚ ਚਲਾ ਜਾਂਦਾ। ਸਮਝ ਲਓ ਸਾਡਾ ਜਿਹੜਾ ਦਿਮਾਗ ਹੈ ਨਾ, ਇੱਕ ਮੈਂਬਰੀ ਹੈ ਸਾਡੀ, ਮੈਂਬਰੀ ਹੈ ਵੀ ਹੈ, ਇਹ ਸਾਡੀ ਹਾਰਡ ਡਿਸਕ ਹੈ, ਇਹਦੇ ਨਾਲ ਸਾਡਾ ਸਾਰਾ ਕੰਮ ਚੱਲਦਾ। ਹੁਣ ਜਿੰਨਾ ਇਹ ਖਜ਼ਾਨਾ ਅੱਖਾਂ ਨੋਟ ਕਰਦੀਆਂ ਨੇ, ਜੋ ਵੇਖਦੀਆਂ ਨੇ ਸਭ ਇੱਥੇ ਹੈ, ਜੋ ਅੱਖਾਂ ਦੇਖਦੀਆਂ ਨੇ ਸਭ ਦਿਮਾਗ 'ਚ ਜਾਂਦਾ, ਜੋ ਕੰਨ ਸੁਣਦੇ ਨੇ ਕਿੱਥੇ ਜਾਂਦਾ, ਸਭ ਇੱਥੇ ਜਾਂਦਾ, ਜੋ ਜ਼ੁਬਾਨ ਬੋਲਦੀ ਹੈ ਉਹ ਕਿੱਥੇ ਜਾਂਦਾ, ਸਭ ਇੱਥੇ ਜਾਂਦਾ। ਇੱਕ ਨੋਟ ਕਰਿਓ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਯਾਦ ਰੱਖਣਾ ਹੋਵੇ ਤਾਂ ਫਿਰ ਅਸੀਂ ਕਿਹੜਾ ਤਰੀਕਾ ਅਪਣਾਉਂਦੇ ਭਲਾ? ਮੰਨ ਲਓ ਹੁਣ ਇੱਕ ਸ਼ਬਦ ਹੈ ਵੀ ਮੈਂ ਸੋਚਿਆ ਵੀ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੋ ਕੈਸਾ ਪਾ, ਵੀ ਆਹ ਜਿਹੜਾ ਸ਼ਬਦ ਹੈ ਨਾ ਮੈਨੂੰ ਯਾਦ ਕਰਨਾ ਹੈ, ਮੈਨੂੰ ਆਪਣੇ ਇੱਥੇ ਰੱਖਣਾ ਵੀ ਮੈਨੂੰ ਭੁੱਲੇ ਨਾ, ਫਿਰ ਮੈਂ ਕੀ ਕਰਾਂਗਾ ਕਿ ਕਮ ਸੇ ਕਮ ਵੀ 20-25 ਵਾਰ ਇਹਨੂੰ ਪੜ੍ਹਾਂਗਾ। ਜਦੋਂ 20-25 ਵਾਰ ਮੈਨੂੰ ਪੜ੍ਹ ਲਵਾਂਗਾ ਨਾ ਇੱਕ ਵਾਰੀ, ਫਿਰ ਮੈਨੂੰ ਭੁੱਲਣਾ ਨਹੀਂ, ਫਿਰ ਮੇਰਾ ਇੱਥੇ ਰਹਿਣਾ, ਉਹ ਇੱਥੇ ਰਹੇਗਾ ਦਿਮਾਗ 'ਚ। ਅਤੇ ਜਦੋਂ ਕਿਤੇ ਮੈਨੂੰ ਜ਼ਰੂਰਤ ਪਈ ਤਾਂ ਮੈਂ ਗਹਿਰਾ ਸੋਚਾਂਗਾ। ਆਪਾਂ ਕਈ ਵਾਰੀ ਮੰਨ ਲਓ ਬੈਠੇ ਹੁੰਦੇ ਹਾਂ, ਸਾਨੂੰ ਨਾਮ ਨਹੀਂ ਯਾਦ ਆਉਂਦਾ ਕਿਸੇ ਗੁਰੂ ਸਾਹਿਬਾਂ ਦਾ, ਕਿਸੇ ਸ਼ਹੀਦ ਦਾ, ਜਾਂ ਗੁਰਬਾਣੀ ਦੀ ਕੋਈ ਪੰਕਤੀ, ਜਾਂ ਸਾਡੇ ਨਾਲ ਜ਼ਿੰਦਗੀ 'ਚ ਰਿਲੇਟਿਵ ਜੋ ਕੋਈ ਨਾਮ ਹੁੰਦਾ ਹੈ ਸਾਨੂੰ ਜ਼ਰੂਰਤ ਹੋਵੇ, ਅਤੇ ਕਈ ਵਾਰੀ ਯਾਦ ਨਹੀਂ ਆਉਂਦਾ, ਫਿਰ ਆਪਾਂ ਭਲਾ ਕੀ ਕਰਦੇ ਹਾਂ? ਫਿਰ ਮੱਥੇ ਦਾ ਹੱਥ ਰੱਖਦੇ ਹਾਂ, ਜਾਂ ਆਪਾਂ ਇੱਦਾਂ ਬਹਿੰਦੇ ਹਾਂ? ਧਿਆਨ ਕਿੱਥੇ ਜਾਂਦਾ, ਹੱਥ ਕਿੱਥੇ ਜਾਂਦਾ, ਇੱਥੇ ਮੱਥੇ। ਫਿਰ ਕਹਿੰਦੇ ਆ ਉਹ ਕੋਈ ਨਹੀਂ, ਮੈਂ ਦੇਖਦਾ, ਸੋਚ ਰਿਹਾ। ਮਤਲਬ ਕੀ ਹੁੰਦਾ ਕਿ ਮੈਂ ਕਲਿੱਕ ਕਰ ਰਿਹਾ ਫਾਈਲਾਂ ਦੇ ਉੱਤੇ ਅਤੇ ਦੇਖਦਾ ਵੀ ਕਿਹੜੇ ਕਿਹੜੇ ਫੋਲਡਰ ਨੇ ਜਿਨ੍ਹਾਂ ਦੇ ਵਿੱਚ ਮੈਂ ਉਸ ਬੰਦੇ ਦਾ ਨਾਮ ਸੇਵ ਕਰਕੇ ਰੱਖਿਆ, ਮੈਮਰੀ 'ਚੋਂ ਬਾਹਰ ਕੱਢਦੇ ਹਾਂ ਆਪਾਂ। ਫਿਰ ਹੁੰਦਾ ਕਿ ਸਾਨੂੰ ਅਚਨਚੇਤ ਯਾਦ ਆ ਜਾਂਦਾ
ਕਿਉਂਕਿ ਉਹਦੇ ਵਿੱਚ ਹੁੰਦਾ ਨਾ, ਫਿਰ ਅਚਨਚੇਤ ਯਾਦ ਆਉਂਦਾ, ਫਿਰ ਆਪਾਂ ਕਹਿੰਦੇ ਹੋ ਮੈਨੂੰ ਤਾਂ ਭੁੱਲ ਗਿਆ ਸੀ ਪਰ ਹੈ ਉਹਦੇ ਵਿੱਚ ਸੀ। ਇਸ ਕਰਕੇ ਗੁਰਬਾਣੀ ਵਿੱਚ ਬੰਦੇ ਨੂੰ ਸਮਝਾਇਆ, ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਬੰਦੇ ਤੂੰ ਰੱਬ ਵਰਗਾ ਹੀ ਹੈ, ਤੂੰ ਰੱਬ ਦਾ ਭੇਜਿਆ ਹੋਇਆ, ਤੂੰ ਆਪਣੇ ਆਪ ਦੀ ਪਹਿਚਾਣ ਕਰ। ਇਹ ਸੇਮ ਇਹਦੇ ਵਿੱਚ ਗੱਲ ਆਖੀ ਗਈ ਕਿ ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਜਿਸ ਬੰਦੇ ਦੀ ਸੋਚ ਤੇਰੇ ਮੁਤਾਬਕ ਟਲ ਜਾਏ। ਸੋ ਦੁੱਖ ਕੈਸਾ ਪਾਵੈ, ਉਹ ਬੰਦਾ ਕਦੇ ਜ਼ਿੰਦਗੀ 'ਚ ਦੁਖੀ ਨਹੀਂ ਹੁੰਦਾ, ਕਿਉਂਕਿ ਉਹ ਬੰਦਾ ਮਾੜਾ ਕੰਮ ਨਹੀਂ ਕਰਦਾ। ਜਿਹੜੇ ਬੰਦੇ ਦੀ ਸੋਚ ਮੰਨ ਲਓ ਗੁਰੂ ਨਾਨਕ ਸਾਹਿਬ ਵਰਗੀ ਹੋ ਗਈ, ਉਹ ਮਾੜੇ ਪਾਸੇ ਜਾਏਗਾ ਕਦੇ ਵੀ ਨਹੀਂ, ਮਾੜਾ ਕਰੇਗਾ ਕਦੇ ਵੀ ਨਹੀਂ, ਮਾੜਾ ਸੁਣੇਗਾ ਕਦੇ ਵੀ ਨਹੀਂ, ਮਾੜਾ ਵੇਖੇਗਾ ਕਦੇ ਵੀ ਨਹੀਂ। ਕਿਉਂਕਿ ਹਾਂ ਦੂਸਰਾ ਕੋਈ ਸੋਚ ਲਵੇ ਉਹਦੇ ਬਾਰੇ ਗੱਲ ਵੱਖਰੀ, ਐਸਾ ਵੀ ਹੁੰਦਾ ਦੁਨੀਆਂ ਵਿੱਚ, ਪਰ ਉਹਨੂੰ ਪਤਾ ਹੁੰਦਾ ਮੈਂ ਕੀ ਕਰਨਾ, ਉਹਨੂੰ ਪਤਾ ਹੁੰਦਾ ਮੈਂ ਕੀ ਸੋਚਣਾ, ਮੈਂ ਕੀ ਵੇਖਣਾ, ਮੈਂ ਕੀ ਬੋਲਣਾ। ਇਹ ਤਾਂ ਡਿਪੈਂਡ ਕਰਦਾ ਵੀ ਜਿਸ ਬੰਦੇ ਦੀ ਸੋਚ ਵਿੱਚ ਗੁਰੂ ਨਾਨਕ ਘਰ ਕਰ ਗਏ। ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ। ਹੁਣ ਉਹ ਜਿਹੜਾ ਇਨਸਾਨ ਹੈ ਉਹ ਮਾਇਆ ਦੇ ਨਸ਼ੇ ਵਿੱਚ ਮਸਤ ਨਹੀਂ ਹੁੰਦਾ, ਮਾਇਆ ਦਾ ਨਸ਼ਾ ਨਹੀਂ ਉਹਨੂੰ ਚੜ੍ਹਦਾ। ਉਹਨੂੰ ਇੰਨਾ ਪਤਾ ਹੁੰਦਾ ਵੀ ਇਹ ਧਨ ਦੌਲਤ ਮੇਰੇ ਕੋਲ ਹੈ, ਇਹ ਹੁਣ ਮੇਰੇ ਕੋਲ ਹੈ, ਘੜੀ ਪਲ ਨੂੰ ਦੂਜੇ ਕੋਲ ਹੋਣੀ, ਕਿਉਂਕਿ ਇਹਦੇ ਨਾਲ ਮੇਰੀ ਜ਼ਿੰਦਗੀ ਚੱਲ ਰਹੀ ਹੈ, ਨਾ ਕਿ ਇਹਨੇ ਮੈਨੂੰ ਕੋਈ ਰੱਬ ਤੱਕ ਪਹੁੰਚਾ ਦੇਣਾ ਹੈ, ਇਹਦੇ ਨਾਲ ਤਾਂ ਮੇਰਾ ਗੁਜ਼ਾਰਾ ਤੁਰਨਾ ਹੈ। ਬੋਲ ਨਾ ਜਾਣਾ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਉਹ ਮਾਇਆ ਦੇ ਨਸ਼ੇ ਵਿੱਚ ਮਸਤ ਹੋ ਕੇ ਮਾੜਾ ਨਹੀਂ ਬੋਲਦਾ, ਕਿਸੇ ਦਾ ਦਿਲ ਨਹੀਂ ਦੁਖਾਉਂਦਾ, ਕਿਸੇ ਨਾਲ ਝਗੜਾ ਨਹੀਂ ਕਰਦਾ। ਉਹ ਜੇ ਬੋਲਦਾ ਵੀ ਹੈ ਤਾਂ ਕੇਵਲ ਰੱਬ ਦੀ ਰਜ਼ਾ ਵਿੱਚ ਬੋਲਦਾ, ਜੇ ਬੋਲਦਾ ਵੀ ਹੈ ਤਾਂ ਚੰਗਾ ਬੋਲਦਾ। ਅਤੇ ਸਤਿਗੁਰੂ ਜੀ ਕਹਿੰਦੇ ਮੌਤ ਦਾ ਡਰ, ਮੌਤ ਦਾ ਸਹਿਮ ਵੀ ਉਹਦੇ ਚਿੱਤ ਵਿੱਚ ਨਹੀਂ ਹੁੰਦਾ, ਕਿਉਂਕਿ ਉਹਨੂੰ ਸਹਿਮ ਲੈਣ ਦੀ ਲੋੜ ਨਹੀਂ, ਉਹਨੂੰ ਯਾਦ ਹੁੰਦਾ ਵੀ ਅੱਜ ਜੰਮੇ ਹਾਂ ਕੱਲ੍ਹ ਨੂੰ ਮਰਨਾ ਹੈ ਅਤੇ ਮੌਤ ਨੇੜੇ ਹੈ, ਮਰਾਂਗੇ ਜ਼ਰੂਰ। ਇਸ ਕਰਕੇ ਮੌਤ ਦਾ ਡਰ ਮਨ ਵਿੱਚ ਨਹੀਂ ਰੱਖਦਾ, ਸਹਿਮਿਆ ਨਹੀਂ ਰਹਿੰਦਾ। ਉਹ ਕੌਣ ਭਲਾਓ ਜਿਸ ਬੰਦੇ ਦੀ ਸੋਚ ਹੈ ਗੁਰੂ ਨਾਨਕ ਹੈ। ਹੁਣ ਉਹਨਾਂ ਦੇ ਵਿੱਚੋਂ ਆਪਾਂ ਕਿਹਨੂੰ ਵੇਖਾਂਗੇ, ਬਾਬਾ ਦੀਪ ਸਿੰਘ ਨੂੰ ਵੇਖ ਲਓ, ਬਜ਼ੁਰਗ ਨੇ, ਜ਼ਿੰਦਗੀ ਦਾ ਕਿੰਨਾ ਟਾਈਮ ਲੰਘ ਚੁੱਕਾ ਹੈ, ਲੇਕਿਨ ਕਿੰਨਾ ਭਾਰਾ ਖੰਡਾ ਆਪਣੇ ਹੱਥ ਦੇ ਵਿੱਚ ਲੈ ਕੇ ਲੜ ਰਹੇ ਨੇ। ਇਹ ਜਿਹਨਾਂ ਦੇ ਚਿੱਤ ਦੇ ਵਿੱਚ ਗੁਰੂ ਨਾਨਕ ਵੱਸ ਗਿਆ, ਜਿਹਨਾਂ ਦੀ ਸੋਚ ਚੰਗੀ ਹੋ ਗਈ, ਉਹਨਾਂ ਵਿੱਚੋਂ ਅਸੀਂ ਵੇਖਾਂਗੇ ਭਾਈ ਸਾਹਿਬ, ਭਾਈ ਤਾਰੂ ਸਿੰਘ ਨੂੰ ਖੋਪੜੀ ਲੱਥ ਗਈ ਹੈ, ਉਹਨਾਂ ਵਿੱਚੋਂ ਵੇਖਾਂਗੇ ਭਾਈ ਮਨੀ ਸਿੰਘ ਜੀ ਨੂੰ ਜਿਹਨਾਂ ਦੇ ਬੰਦ ਬੰਦ ਕੱਟੇ ਗਏ, ਟੋਟੇ ਟੋਟੇ ਹੋ ਗਏ, ਉਹਨਾਂ ਵਿੱਚੋਂ ਵੇਖਾਂਗੇ ਅਸੀਂ ਛੋਟੇ ਸਾਹਿਬਜ਼ਾਦਿਆਂ ਨੂੰ, ਵੱਡਿਆਂ ਸਾਹਿਬਜ਼ਾਦਿਆਂ ਨੂੰ। ਵੇਖੋ ਮੈਦਾਨੇ ਜੰਗ 'ਚ ਲਹੂ ਲੁਹਾਣ ਹੋ ਕੇ ਪਏ ਨੇ, ਨੀਹਾਂ ਵਿੱਚ ਚਿਣੇ ਜਾ ਰਹੇ ਨੇ, ਉਹਨਾਂ ਵਿੱਚੋਂ ਅਸੀਂ ਵੇਖਾਂਗੇ ਭਾਈ ਦਿਆਲਾ ਨੂੰ, ਜਿਹਨਾਂ ਬਾਰੇ ਅਸੀਂ ਪਿਛਲੇ ਐਤਵਾਰ ਵਿਚਾਰ ਕੀਤੀ ਸੀ। ਇਹ ਜਿਹਨਾਂ ਦੇ ਚਿੱਤ ਦੇ ਵਿੱਚ ਵੱਸ ਜਾਏ, ਜਿਹਨਾਂ ਦੀ ਸੋਚ ਚੰਗੀ ਹੋ ਜਾਏ, ਫਿਰ ਉਹ ਦੁਨੀਆਂ ਦਾ ਭਲਾ ਕਰਦੇ ਨੇ, ਅਤੇ ਜਿਹਨਾਂ ਦੀ ਸੋਚ ਮਾੜੀ ਹੋ ਜਾਏ ਫਿਰ ਉਹ ਨਾ ਤਾਂ ਆਪਣਾ ਭਲਾ ਕਰਦੇ ਨੇ ਅਤੇ ਨਾ ਉਹ ਕਿਸੇ ਦੂਜੇ ਦਾ ਭਲਾ ਕਰਨਾ ਜਾਣਦੇ ਨੇ।